ਪਹਿਬਲ ਕਲਾ ਤੇ ਕੋਟਕਪੂਰਾ ਗੋਲੀ ਕਾਂਡ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਗਈ ਕਾਰਵਾਈ ਅਤੇ ਐਸਐਸਪੀ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਤੇ ਬਰਗਾੜੀ ਮੋਰਚੇ ਦੇ ਆਗੂ ਬਲਜੀਤ ਸਿੰਘ ਦਾਦੂਵਾਲ ਨੇ ਆਪਣਾ ਪ੍ਰਤੀਕਰਮ ਦਿੱਤਾ। ਦਾਦੂਵਾਲ ਨੇ ਕਿਹਾ ਕਿ ਮੁੱਖ ਦੋਸ਼ੀਆਂ ਚੋਂ ਹੁਣ ਤੱਕ ਸਿਰਫ ਇੱਕ ਅਧਿਕਾਰੀ ਹੀ ਗ੍ਰਿਫਤਾਰ ਹੋ ਸਕਿਆ ਹੈ। ਸਿੱਟ ਦੀ ਕਾਰਵਾਈ ਕਾਫੀ ਢਿੱਲੀ ਚੱਲ ਰਹੀ ਹੈ। ਸਿੱਟ ਨੂੰ ਚਾਹੀਦਾ ਹੈ ਕਿ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਨਾਲ ਹੀ ਦਾਦੂਵਾਲ ਨੇ ਕਿਹਾ ਕਿ ਜਨਰਲ ਡਾਇਰ ਵਾਂਗ ਜਿਸ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ, ਭਾਵੇਂ ਉਹ ਸੁਮੇਧ ਸੈਣੀ ਹੋਣ ਜਾਂ ਫਿਰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ। ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬਰਗਾੜੀ ਵਿਖੇ ਪੰਥ ਦੁਖੀਆਂ ਨੇ ਬੇਅਦਬੀ ਕੀਤੀ। ਇਨਸਾਫ ਮੰਗਦੇ ਸਿੱਖ ਕੋਟਕਪੂਰਾ ਤੇ ਬਹਿਬਲ ਕਲਾਂ ਵਿੱਚ ਬੈਠਿਆਂ ਤੇ ਬਾਦਲ ਸਰਕਾਰ ਦੀ ਪੁਲਿਸ ਨੇ ਗੋਲੀਆਂ ਚਲਾਈਆਂ, ਦੋ ਸਿੰਘ ਸ਼ਹੀਦ ਕੀਤੇ, ਅਨੇਕਾਂ ਜ਼ਖਮੀ ਕਰ ਦਿੱਤੇ। ਡੇਢ ਸਾਲ ਬਾਦਲਾਂ ਦੀ ਪੁਲਿਸ ਅਣਪਛਾਤੀ ਰਹੀ ਉਹਨਾਂ ਦੀ ਸਰਕਾਰ ਦੇ ਦੌਰਾਨ ਅਤੇ ਬਾਅਦ ਵਿੱਚ ਕੈਪਟਨ ਕਾਂਗਰਸ ਸਰਕਾਰ ਆਈ ਤਾਂ ਡੇਢ ਸਾਲ ਉਹਨਾਂ ਨੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ। ਜਦੋਂ ਬਰਗਾੜੀ ਇਨਸਾਫ ਮੋਰਚਾ ਸ਼ੁਰੂ ਹੋਇਆ 1 ਜੂਨ 2018 ਨੂੰ ਤਾਂ 6.5 ਮਹੀਨੇ ਲਗਾਤਾਰ ਚੱਲੇ ਇਸ ਮੋਰਚੇ ਦੇ ਸੰਗਤਾਂ ਦੇ ਦਬਾਅ ਕਰਕੇ ਜਿੱਥੇ ਧਾਰਮਿਕ ਰਾਜਨੀਤਿਕ ਆਗੂਆਂ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਸਮੂਹ ਭਾਈਚਾਰੇ ਦੇ ਲੋਕਾਂ ਨੇ ਆਪਣਾ ਸਮਰਥਨ ਦਿੱਤਾ, ਇਨਸਾਫ ਮੰਗਿਆ ਤਾਂ 4 ਪੁਲਿਸ ਅਫਸਰਾਂ ਅਤੇ 22 ਨੇ ਮੁਕੱਦਮਾ ਦਰਜ ਹੋਇਆ, ਉਹਨਾਂ ਦੀ ਵੀ ਗ੍ਰਿਫਤਾਰੀ ਨਹੀਂ ਕੀਤੀ। ਕੈਪਟਨ ਸਰਕਾਰ ਨੇ ਆਪਣੇ ਮਹਿੰਗੇ ਵਕੀਲ ਦਿੱਲੀ ਤੋਂ ਲਿਆ ਕੇ ਪਰ ਕੇਵਲ ਗੁੰਗਲੂਆਂ ਤੋਂ ਮਿੱਟੀ ਝਾੜੀ, ਜਦੋਂ ਕਿ ਵਕੀਲ ਤਰੀਕਾਂ ਲੈਂਦੇ ਰਹੇ। ਹੁਣ ਹਾਈ ਕੋਰਟ ਦੇ ਵਿੱਚ ਜਿਹੜਾ ਸਟੇ ਵਕੇਟ ਹੋਇਆ ਤਾਂ ਇੱਕ ਦੋਸ਼ੀ ਅਫਸਰ ਨੂੰ ਜਿਹੜਾ ਗ੍ਰਿਫਤਾਰ ਕੈਪਟਨ ਸਰਕਾਰ ਨੇ ਕੀਤਾ, ਪਰ ਇਹਦੇ ਨਾਲ ਕੇਵਲ ਮੈਂ ਸਮਝਦਾ ਕਿ ਗੁੰਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਆ। ਸਾਰੇ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਅਤੇ ਜਨਰਲ ਡਵੈਰ ਵਾਂਗੂ ਜਿਹਨੇ ਜਲ੍ਹਿਆਂ ਵਾਲੇ ਬਾਗ 'ਚ ਗੋਲੀ ਚਲਾਉਣ ਦਾ ਹੁਕਮ ਦਿੱਤਾ, ਇਸੇ ਤਰ੍ਹਾਂ ਜਿਹਨੇ ਕੋਟਕਪੂਰਾ ਅਤੇ ਬਹਿਬਲ ਵਿਖੇ ਗੋਲੀ ਚਲਾਉਣ ਦਾ ਹੁਕਮ ਦਿੱਤਾ, ਉਹ ਚਾਹੇ ਮੁੱਖ ਮੰਤਰੀ, DGP ਆ, ਉਪ ਮੁੱਖ ਮੰਤਰੀ ਆ, ਉਹਨਾਂ ਨੂੰ ਵੀ ਕੈਪਟਨ ਸਰਕਾਰ ਗ੍ਰਿਫਤਾਰ ਕਰੇ ਤਾਂ ਲੋਕਾਂ ਦੇ ਹਿਰਦੇ ਜਿਹੜੇ ਆ ਉਹ ਸ਼ਾਂਤ ਹੋਣਗੇ, ਨਹੀਂ ਤਾਂ ਸਰਕਾਰ ਦੇ ਖਿਲਾਫ ਜਿਹੜਾ ਲੋਕਾਂ ਦਾ ਰੋਹ ਉਹ ਮੱਠਾ ਨਹੀਂ ਪਵੇਗਾ। ਚੱਕਦੇ TV ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।